बिस्मिल्लामान रहीम लखा करोड़ा दरूदो सलाम हजूर अलैह सलात सलाम की ज़ात ते सोने दे सोने बिरावो मैं गुलाम जिलानी के यूट्यूब चैनल ते थोड़ी खिदमत हाज़िर हाँ अगर तुम चैनल सबसक्राइब नहीं किया तो सब तो पहले सानल सबसक्राइब कर गिनो बैल आइकान के बटन को प्रेस कर गिण ताकि सा हर नवी आवने वीडियो बगैर कहीं ताखीर देखू मिलती रहें सोने भी रा वो अज मैं जड़ी मौज शख्सियत नाम मौजूद हाँ तेख सकते वे आप एक पाकिस्तान के सियासत दे हवाले नाल अगर देखो तो बहु व्डे खानदान की शनाख्त रखें रखेंगे पूरे पाकिस्तान दे आपका खानदान असा तह दिल तो शुक्रगुजार हैं कि आप अपने बहु ही कीमती वक्त वक्तों टाइम फराहम किते आज दे सादे मेहमान के सहमान शख्सियात शख्सियत न मैं जिमें तो आज करगी हाँ आप नेशनल लेवल दे सियासतदान और नौजवान लीडर न कुल इलावा आप वफाकी वजीर दे मनसब्ते भी फाइज रहे आप बखूबी उन्हें ज़िम्मेदारियाँ पूरियाँ करें रह गए तो आप तो आप दे खानदान की जी सियासी खिदमत है वह बिल्कुल आया है कोई बंदा भी ना आश ना कहनी आपकी जात को या आप खानदानी सियासत कोलों तो सोने पीरा वो साढ़े नाल मौजूद हैं आज दे के साजिज मेहमान मोहतरम जनाब सरदार मुजिम अली खान जतोई साहब साबिक वफाकी वजीर फूड एंड रिसर्च ता असा दिल तो शुक्रगुजार हैं सर सब तो पहले पहले जो सा आपको आपकी पेशे नज़र सवाल है वो ये कि सर सियासत आपको खानदानी तौर पर मिलीए या आप आवामी खिदमत दे जज्बे को मद्देनजर रख के सियासत कदम रखिए बिसमिल्ला पहले तो मैं थोड़े चैनल को जाना मुबारकबाद देना किफ़ी तो मेहनत

ਸਰ ਠੀਕ ਹੈ ਆਪ ਸਾਡੇ ਸਵਾਲ ਦਾ ਜਵਾਬ ਦੇ ਦਿੱਤੇ ਸਰ ਅਗਲਾ ਜਿਹੜਾ ਸਾਡਾ ਸਵਾਲ ਹੈ ਉਹ ਆਪ ਦੀ ਜ਼ਾਤੀ ਜ਼ਿੰਦਗੀ ਦੇ حوالے ਨਾਲ ਹੈ ਕਿਉਂਕਿ ਸਿਆਸਤਦਾਨੇ ਕੋ ਸਿਆਸੀ ਤੌਰ ਤੇ ਤਾਂ ਬੰਦਾ ਦੇਦਾ ਰਹਿੰਦੇ ਲੇਕਿਨ ਜ਼ਾਤੀ ਤੌਰ ਤੇ ਅਸਾਂ ਇਹ ਵਜ੍ਹਾ ਕੋਲ ਸਵਾਲ ਰੱਖੇ ਕਿਉਂਕਿ ਜਿਹੜੇ ਤੁਹਾਡੇ ਫਾਲੋਅਰਜ਼ ਤੁਹਾਡੇ ਨਾਲ ਪਿਆਰ ਕਰਨ ਵਾਲੇ ਤੁਹਾਡੇ ਸਪੋਰਟਰ ਜਿਹੜੇ ਹਨ ਉਹ ਤੁਹਾਡੀ ਜ਼ਾਤੀ ਜ਼ਿੰਦਗੀ ਦੇ ਬਾਰੇ ਅਗਰ ਕੁਝ ਨਹੀਂ ਜਾਣ ਦੇ ਤਾਂ ਚੰਦ ਇੱਕ ਸਵਾਲਾਂ ਜਿਹੜੇ ਅਸਾਂ ਤੁਹਾਡੀ ਜ਼ਾਤੀ ਜ਼ਿੰਦਗੀ ਦੇ حوالے ਨਾਲ ਕਰੈ ਸੁਦਾਕੂ ਤੇ ਸਰ ਅਕਸਰ ਬੇਸ਼ਤਰ ਡਿਠਾ ਵੇਂਦੇ ਸੋਸ਼ਲ ਮੀਡੀਆ ਦੇ ਤਵਸਲ ਨਾਲ ਕਿ ਤੁਸੀਂ ਟਰੈਵਲਿੰਗ ਦਾ ਮਾਸ਼ਾਅੱਲਾ ਬਹੁਤ ਸ਼ੌਕ ਰੱਖਿੰਦੇ ਵੇ ਸਰ ਕਿਹੜਾ ਮੁਲਕ ਜਾਂ ਕਿਹੜੀ ਜਗ੍ਹਾ ਹੈ ਜਿੱਥਾ ਕਨੇ ਖੁਦ ਕੋ ਪੁਰ ਸਕੂਨ ਮਹਿਸੂਸ ਕਰਿੰਦੇ ਵੇ ਸਾਰੇ ਕੋ ਜਿਆਦਾ ਜੀ ਮੈਂ ਟਰੈਵਲਿੰਗ ਦੇ ਦੌਰਾਨ ਸਾਊਦੀ ਅਰਬ ਦੇ ਟਰੈਵਲਿੰਗ ਕੋ ਜਨਾ ਪੁਰ ਸਕੂਨ ਮਹਿਸੂਸ ਕਰਨਾ ਕਿ ਉਹ ਇੱਕ ਮੇਰੇ ਮਸਬੀ ਅਕੀਦੇ ਦੇ ਨਾਲ ਹੈ ਇਹਦੇ ਇਲਾਵਾ

ਸਹੀ ਯਸ ਸਰ ਜ਼ਬਰਦਸਤ ਅੱਛਾ ਸਰ ਹੁਣ ਆਂਦੇ ਹਾਂ ਥੋੜਾ ਜੀ ਹਾਂ ਸਿਆਸਤਲੇ ਪਾਸੇ ਕਿ ਸਰ ਆਪ 2008 ਦੇ ਵਿੱਚ وفاقی وزیر دے منصب دے ہوتے فائز ری ہاں تا ਸਰ ਹੂੰ ਆਪ ਆਪ دی ਜ਼ਿੰਮੇਵਾਰੀਆਂ دے مدے نظر اساں جڑا سوال ਬਣਾਏ ਉਹ ਇਹ ਕਿ ਸਰ ਆਪਣੇ ਦੌਰੇ حکومت دے ਵਿੱਚ ਕਿਹੜੇ منصوبے ਤੁਸੀਂ جنھے کو ਪਾਇ ਤਕਮੀਲ تک ਪਹੁੰਚਾਏ ਤੇ ਹੁਣ ਜਿਹੜੇ ਵੇਲੇ ਤੁਸੀਂ ਉਹਨੇ ਕੋ ਦੇਦੇ ਦੇ ਵੇ ਤਾਂ ਦਿਲ ਹੀ ਸਕੂਨ ਮਹਿਸੂਸ ਕਰੰਦੇ ਵੇ ਕਿ ਜਿਹੜੇ ਵੇਲੇ ਦੇਦੇ ਵੇ ਕਿ ਆਵਾਮ ਉਹਨੇ ਨਾਲ ਮੁਸਤਫੀਦ ਨਹੀਂ ਪਿਓ ਕਿਹੜੇ ਕਿਹੜੇ ਮਨਸੂਬੇ ਆਨ ਸਰ ਹੁਣ ਸੋਬੇ ਦੇ ਬਹੁਤ ਸਾਰੇ ਆਨ ਲਗਨ ਜਿੰਦੋਂ ਤੇ ਮੈਂ ਤਸਕੀਨ ਫੀਲ ਕਰੰਦਾ ਉਹ ਇਹ ਕਿ ਇੱਕ ਉਹਨੇ ਵਿੱਚੋਂ এডੂਕੇਸ਼ਨ ਦੇ حوالے ਨਾਲ ਹਾਲਾਕੇ وفاقی گورنمنٹ ਦਾ ਮੰਡੀਟ ਕੋਈ ਨਹੀਂ ਲੇਕਿਨ ਅਸਾਂ ਵੱਲ ਵੀ ਤਾਕਦੌ ਕਰਤੇ ਮੋਰੇ ਕੋਸ਼ਿਸ਼ ਕੀਤੀ ਤੇ ਜੈਨਾ ਅਸਾ ਕਾਲਜ ਗਰਲਸ ਕਾਲਜ ਬਣਵਾਇਆ ਜਤੋਈ ਵਿੱਚ ਸ਼ਹਿਰ ਸੁਲਤਾਨ ਗਰਲਸ ਕਾਲਜ ਜਿਹੜਾ ਕਈ ਸਾਲਾਂ ਤੋਂ ਬੰਦ ਪਿਆ ਹੁੰਦੀ ਅਸਨੇ ਕਰਵਾਈ ਇਹਦੇ ਇਲਾਵਾ ਬਿਜਲੀ ਇੱਕ ਦੌਰੇ ਹਾਲ ਦੌਰੇ ਹਾਜ਼ਰ ਦੀ ਬੁਨਿਆਦੀ ਜ਼ਰੂਰਤ ਹੁੰਦੇ ਨਾਲ ਜਨ ਲੋਕਿੰਗ ਕੋਈ ਨਹੀਂ ਕਾਇਨ ਆਈ ਤੇ ਮੈਂ ਸੈਂਕੜਾ ਅਸਤੀਆਂ ਬਿਜਲੀ ਦਿੱਤੀ ਹੈ ਦਿਨ ਨਾਲ ਲੋਕਿੰਗ ਦੇ ਹਜ਼ਾਰਾਂ ਆਗਣੋਂ ਜਾਂ ਲੱਖਾਂ ਲੋਕਾਂ ਨੂੰ ਬਿਜਲੀ ਜਿਹੜੀ ਹਾਜ਼ਰ ਦੌਰ ਚ ਕਹਨਾਈ ਸੋ ਪਹੁੰਚੀ ਇਹ ਵੀ ਗਾਸ ਤੋਂ ਸਵੇਰੋਂ ਸਾਂ ਗਿੰਦੇ ਆ ਉਸੇ ਬੜਾ ਮੈਗਾ ਲੈਵਲ ਤੇ ਹੈ ਬਿਲਕੁਲ ਤੇ ਉਹਦੇ ਨਾਲ ਵੀ ਜਨਾ ਅਸਾਂ ਆਵਾਮੀ ਖਿਦਮਤ ਕਰਨ ਦੀ ਕੋਸ਼ਿਸ਼ ਕੀਤੀ ਜੈਕ੍ਰਾਸ ਬੋਰਡ ਇਹ ਤਾਂ ਹਨ ਉਹ ਜਿਹੜੇ ਬੁਨਿਆਦੀ ਜ਼ਰੂਰੀਆਤ ਨਹੀਂ ਦੇ ਇਲਾਵਾ ਜਨਾ ਜਿਹੜੀ ਮਾਸ਼ੀ ਜ਼ਰੂਰਤ ਹੈ ਸਾਡਾ ਕਿਉਂਕਿ ਤਹਿਸੀਲ ਜਤੋਈ ਤਹਿਲੀ ਪਰ ਜਨਾ ਟੇਲ ਤੇ ਆਵਨ ਤਹਿਸੀਲ ਕੋਟ ਦੂ ਤੇ ਮੁਜ਼ਫਰਗੜ ਸਪੈਸ਼ਲੀ ਕੋਟ ਦੂ ਜਰੀਏ ਉਹ ਨਰੇਂਦਰ ਜਨਾ ਬਿਲਕੁਲ ਉੱਤੇ ਆਵੰਦੀ ਹੈ ਉੱਥਾ ਸੇਮ ਦਾ ਪ੍ਰੋਬਲਮ ਹੈ ਸਾਰੇ ਕਿਨਾਂ ਪਾਣੀ ਦੀ ਕਿਲਤ ਹੈ ਸਹੀ ਹੂ ਹਵਾਲੇ ਨਾਲ ਅਸਾਂ ਇੱਕ ਸਕੀਮ ਗੰਤ ਹੈ ਇਸ ਨਹਿਰ ਨੂੰ ਪੱਕਾ ਕਰਾਉਣ ਲਈ ਸਹੀ ਆਪਣੇ ਪੂਰੇ ਜ਼ਿਲ੍ਹੇ ਵਾਸਤੇ ਤੇ ਉਹ 10 ਸਾਲ ਮਤਲਬ ਸਾਰੇ ਗਵਰਨਮੈਂਟ ਵੰਡਣ ਦੇ ਬਾਅਦ ਵੀ ਚਲਦੀ ਰਹੇਗੀ ਸਹੀ ਹੁਣ ਤੱਕ ਉਹ ਚਲਦੀ ਰਹੀ ਹੈ ਤੇ ਉਹਦੇ ਨਾਲ ਜਿਹੜਾ ਫਾਇਦਾ ਤੁਸੀਂ ਲੋਗੇ ਨਾ ਉਹ ਮੇਰੇ ਖਿਆਲ ਸਾਰੇ ਤੋਂ ਜ਼ਿਆਦਾ ਮਾਸ਼ੀ ਤੌਰ ਤੇ ਲੋਗੇ ਕੋ ਜਾਏਗਾ ਫਾਇਦੇ ਫਾਇਦੇ ਦਿੱਤੇ ਬਿਲਕੁਲ ਇਨ ਦੇ ਇਲਾਵਾ ਵੀ ਬੇ ਉਹ ਸਾਰੇ ਮਨਸੂਬੇ ਨੇ ਨੇ ਆਰਸੀਏ ਅਸਾਂ ਇਹ ਤਾਂ ਬਣਵਾਇਆ ਇਹਨਾਂ ਸਾਰਜੂ ਬਣਵਾਏ ਇਹ ਮਾਦਰਾ ਆਫਿਸ ਗੰਤੇ ਹੈ ਉਸੇ ਹੀ ਮੈਂ ਉਹ ਰੋਡ ਸਟਰਕਚਰ ਹੈ ਜਿਹੜਾ ਅੰਦਰ ਵਿੱਚ ਅਸਾਂ ਬਿਹਤਰੀ ਕਰਨ ਦੀ ਕੋਸ਼ਿਸ਼ ਕੀਤੀ ਹਾਸਪੀਟਲ ਦੇ ਅਪਗ੍ਰੇਡੇਸ਼ਨ ਦੇ ਹੋ ਰਹੇ ਹਨ ਹਾਲਾਂਕਿ ਇਹ ਸਾਰਾ ਮੰਡੇਟ ਕੋਈ ਨਾ ਹੈ ਜਿਵੇਂ ਫੈਡਰਲ ਗਵਰਨਮੈਂਟ ਯਾ ਫੈਡਰਲ ਗਵਰਨਮੈਂਟ ਦੇ ਹਾਰਨ ਲੇਕਿਨ ਇਲਾਕਾਈ ਜ਼ਰੂਰਤ ਜੋ ਆਈ ਅਸਾਂ ਉਨ ਲੈਵਲ ਦੇ ਉੱਤੇ ਵੀ ਕੁਐਸਚਨ ਕਿਤਨ ਅੱਲਾ ਸੇ ਬਹੁਤ ਸਾਰੇ ਹੁੰਦੇ ਕੁਐਸਚਨਸ ਆ ਕਾਮਯਾਬ ਵੀ ਕਿਤੇ ਸਹੀ ਜ਼ਬਰਦਸਤ ਸਰ ਹੀ ਸਵਾਲ ਕੋ ਮੈਂ ਥੋੜਾ ਜਿਹਾ ਇੰਦੇ ਵਿੱਚ ਇਜ਼ਾਫਾ ਕਰੇ ਸਾਂ ਉਹ ਇਹ ਕਿ ਸਰ ਕਿਹੜੇ ਮਨਸੂਬੇ ਇੰਦੇ ਕੋਲ ਇਲਾਵਾ ਜਿਹੜੇ ਅਧੂਰੇ ਰਹਿ ਗਨ ਤੇ ਤੁਸੀਂ ਪੂਰੇ ਕਰਨੇ ਹਨ ਜਿਨਹੇ ਕੋ ਤੁਸੀਂ ਸਮਝਦੇ ਹੋਵੇ ਕਿ ਪੂਰੇ ਲਾਜ਼ਮ ਠੀਵੇਂ ਨਾ ਤੁਹਾਡੇ ਦੌਰੇ ਹਕੂਮਤ ਦੇ ਵਿੱਚ ਉਹ ਉਹਨੇ ਮਨਸੂਬੇ ਦੇ ਬਾਰੇ ਤੁਸੀਂ ਥੋੜੀ ਜਿਹੀ ਲੱਭ ਕੁਸ਼ਈ ਕਰ ਛੁੜੇ ਸੋ ਜੇ ਮੈਂ ਸਮਝਦਾ ਕਿ ਸਾਡੇ ਯੂਨੀਵਰਸਿਟੀ ਦਾ ਖਿਆਮ ਹੋਣਾ ਚਾਹੀਦਾ ਹੈ ਸਾਡੇ ਡਿਸਟ੍ਰਿਕਟ ਵਿੱਚ ਵੀ ਹੋਣਾ ਚਾਹੀਦਾ ਹੈ ਸਪੈਸ਼ਲੀ ਜਤੋਈ ਵਿੱਚ ਹੋਣਾ ਚਾਹੀਦਾ ਹੈ ਇਹਦੇ ਵਾਸਤੇ ਸਾਰੇ ਆ ਯੂਨੀਵਰਸਿਟੀ ਜਿਹੜਾ ਮਤਲਬ ਕਿ ਲੈਂਡ ਵੀ ਇਥਾਂ ਪ੍ਰੋਵਾਈਡ ਅਸਾਂ ਦੇ ਮਤਲਬ ਬਜ਼ੁਰਗਾਂ ਕੀਤੇ ਹੈ ਇਸ ਸਰਦਾਰ ਕੌੜੇ ਖਾਂ ਅਟਰਸਟ ਵੀ ਹੈ ਜਿੰਨੇ 11000 ਏਕੜ ਜ਼ਮੀਨ ਉਹਨੇ مختਸ ਕੀਤੀ ਰਫਾਇਮਾ ਵਾਸਤੇ ਐਜੂਕੇਸ਼ਨ ਤੇ ਸੋਸ਼ਲ ਅਪਗ੍ਰੇਡੇਸ਼ਨ ਆਫ ਦ ਸੋਸਾਇਟੀ ਵਾਸਤੇ ਉਹਨੋਂ ਤੇ ਵੀ ਮੈਂ ਚਾਹੁੰਦਾ ਕਿ ਤੀਵੇ ਤਾਂ ਯੂਨੀਵਰਸਿਟੀ ਦਾ ਕੰਮ ਦੇ ਇਲਾਵਾ ਮੈਂ ਸਮਝਦਾ ਕਿ ਤਾਂ ਸਾਡੇ ਜਤੋਈ ਦੇ ਵਿੱਚ ਹਸਪਤਾਲ ਦੇ ਨਾਂ ਮਜ਼ੀਦ ਅਪਗ੍ਰੇਡ ਹੋਣਾ ਚਾਹੀਦਾ ਤੇ ਸਪੈਸ਼ਲੀ ਘੱਟੋ ਘੱਟ 200 ਬੈੱਡ ਦਾ ਹਸਪਤਾਲ ਜਤੋਈ ਨੂੰ ਮਿਲਣਾ ਚਾਹੀਦਾ ਟਰੋਮਾ ਸੈਂਟਰ ਵੀ ਅਪਗ੍ਰੇਡ ਹੋਣਾ ਚਾਹੀਦਾ ਡਾਇਲਿਸਿਸ ਦਾ ਤਾਂ ਇੱਕ ਨਿਜ਼ਾਮ ਆਉਣਾ ਚਾਹੀਦਾ ਆ ਇਤਾਂ ਮਤਲਬ ਅੱਜ ਕਿਉਂ 8 ਸਾਲ ਪਹਿਲੇ ਬਣਾਈ ਆ ਹਾਰਡ ਦਾ ਇੱਕ ਵਾਰਡ ਬਣਾਇਆ ਗਿਆ ਲੇਕਿਨ ਉਹ ਆਪਰੇਸ਼ਨਲ ਕੋਈ ਨਹੀਂ ਨਾ ਡਾਕਟਰ ਜਨਾਂ ਨਹੀਂ ਉਤਸਮ ਕੋਈ ਜਨਾਂ ਟ੍ਰੀਟਮੈਂਟ ਸਿੰਦਾ ਪੇ ਉਹ ਕੋ ਚਾਲੂ ਤੇ ਰਹਿਣਾ ਸੀਦਾ ਇਵੇਂ ਹੀ ਅ ਇੱਕ ਅਸਾਂ ਦੋ ਮੈਗਾ ਪ੍ਰੋਜੈਕਟ ਇੱਥਾਂ ਤੋਂ ਪਹਿਲੇ ਅਸਾਂ ਸ਼ੁਰੂ ਕਰਵਾਇਆ ਲੇਕਿਨ ਮਸ਼ੂਮੇ ਕਿਸਮਤ आले ਤੱਕ ਬੰਦ ਪੈਂਦਾ ਹੈ ਪੱਕੇ ਦਰਿਆ ਦੇ ਉੱਤੇ ਦੋ ਪੁਲ ਲਿੰਗ ਦਾ ਹਿਸਾਬ ਹੈ ਉਹਨੇ ਪੁੱਦਾ ਜਿਹੜੇ ਪੁਲ ਬਣਾਉਣ ਵੇਸਨ ਤੋਂ ਨਾਲ

ਤਕਰੀਬਨ 250 ਕਿਲੋਮੀਟਰ ਦਾ ਜਾਂ 300 ਕਿਲੋਮੀਟਰ ਦਾ ਵੱਲਾ ਖਾਤ ਹੈਂਦੀ ਹੈ ਗਾਜ਼ੀ ਘਾਟ ਤੋਂ ਜਾਂ ਨਿਸ਼ਤਰ ਘਾਟ ਤੋਂ ਬਿਲਕੁਲ ਉਹਨੇ ਕੋ ਡਾਇਰੈਕਟ ਐਕਸੈਸ ਮਿਲ ਰਹੀ ਸੀ ਤੇ ਇਹ ਅਗਰ ਦੋ ਐਮਬ੍ਰੇਜ ਬਾਣ ਵਜਨ ਤਾਂ ਮੇਰੇ ਖਿਆਲ ਹੈ ਜਿਹੜਾ ਰਾਜਨਪੁਰ ਤੇ ਇਹ ਜਾਮਪੁਰ ਤੇ ਇਧਰ ਇਲਾਕੇ ਹਨ ਇਹਨੇ ਦਾ ਜਿਹੜਾ ਟਰੈਵਲਿੰਗ ਡਿਸਟੈਂਸ ਹੈ ਲੋਧਨਾ ਜਾਂ ਬਾਵਲਪੁਰ ਕੋਲੋਂ ਉਹ ਮੇਰੇ ਖਿਆਲ ਜਿਆਦਾ ਜਿਆਦਾ ਜਨਾ ਹੋਈ ਟਾਈਮ ਤੇ 5 ਕਿਲੋ 5 ਘੰਟੇ ਦਾ ਟਰੈਵਲ ਹੈ ਤੋ ਉਹ 1.5 ਘੰਟੇ ਦਾ ਯਾ ਦੋ ਘੰਟੇ ਦਾ ਟਰੈਵਲ ਤੇ ਆਵਸੀ। ਬਿਲਕੁਲ। ਤੋ ਇਹ ਬਹੁਤ بڑا ਮਤਲਬ ਆਗ ਨੂੰ ਇਕਨੋਮਿਕਲੀ ਵਾਇਬਲ ਪ੍ਰੋਜੈਕਟ ਹੈ। ਤੋ ਇਹ ਕੋ ਬੜਾ ਜ਼ਰੂਰੀ ਹੈ। ਇਵੇਂ ਆ ਤਾਂ ਸਮਝਦੇ ਜਿਹਾ ਕਿ ਸਾਰੇ ਇਲਾਕੇ ਦੇ ਵਿੱਚ ਇੰਡਸਟਰੀ ਦਾ ਬੜਾ ਕਮੀ ਹੈ। ਜੀ ਆ ਬਿਲਕੁਲ। ਤੇ ਇੰਡਸਟਰੀਅਲ ਏਰੀਆ ਸਥਾਪਨਾ ਚਾਹੀਦਾ ਫਰੀਜ਼ ਹਵਾਲੇ ਨਾਲ। ਸਹੀ। ਇਹ ਸਾਰੇ ਪ੍ਰੋਜੈਕਟਸ ਨੇ ਮੇਰੀ ਖਾਹਿਸ਼ ਹੈ ਕਿ ਸਾਰੇ ਇਲਾਕੇ ਦੇ ਹਵਾਲੇ ਨਾਲ ਇਤਨਾ ਹੋਣਾ ਚਾਹੀਦਾ। ਸਹੀ। ਯਾਨੀ ਇਹ ਹੋਂ ਵਾਲੇ ਤੁਸੀਂ ਸੋਚੇਂਦੇ ਹੋਵੇ ਕਿ ਅਗਰ ਤੁਸੀਂ ਇਹ ਵੀ ਕਰ ਵੈਂਦੇ ਤਾਂ ਮਤਲਬ ਇਹ ਉਹ ਪ੍ਰੋਜੈਕਟਸ ਹਨ ਜਿਨ੍ਹਾਂ ਵਿੱਚ ਮੈਂ ਜਨਾ ਇਹ ਇਨੀਸ਼ੀਏਟਿਵ ਕੀਤੇ ਹਨ ਜਿਹੜੇ ਰਸਤੇ ਜਾ ਰਹੇ ਹਨ ਸਹੀ ਇਹਦੇ ਇਲਾਵਾ ਇੱਕ ਵਿਆਹ ਪ੍ਰੋਜੈਕਟ ਵੀ ਮੈਂ ਜਨਾ ਇਸ ਰਿਸਰਚ ਸੈਂਟਰ ਮਨਜ਼ੂਰ ਕਰਵਾਇਆ ਹੈ ਸਹੀ ਆਪਣੇ ਵਜ਼ਾਰਤ ਦੇ ਹਵਾਲੇ ਨਾਲ ਸਹੀ ਉਹਦੇ ਵਾਸਤੇ ਜ਼ਮੀਨ ਵੀ ਮੁਖਤਸ ਦੀ ਗਈ ਹੁਣ ਡਿਵੈਲਪ ਸੀ ਬਣਾ ਤੇ ਉਹਨਾਂ ਦੇ ਗਵਰਨਮੈਂਟ ਚਲੀ ਗਈ ਉਹ ਤਾਂ ਹੀ ਕੰਮ ਜਨਾ ਰੁਕ ਗਏ ਉਹ ਵੀ ਤਾਂ ਅਗਰ ਸੀ ਵੰਜਾ ਜਿਵੇਂ ਐਗਰੀਕਲਚਰ ਸਾਰਾ ਇਲਾਕਾ ਹੈ ਹੋਂ ਦੇ ਨਾਲ ਸਾਡੇ ਇਹ ਐਗਰੀਕਲਚਰ ਇਲਾਕੇ ਦਾ ਵੀ ਸੀਡ ਦੇ issues ਵੀ ਕਾਫੀ ਬਿਹਤਰ ਸੀ ਹੋ ਜਾਣਾ ਬਿਲਕੁਲ ਬਿਲਕੁਲ ਸਰ ਅਸਾਂ ਵੀ ਤੁਹਾਨੂੰ ਅਗਲਾ ਸਵਾਲ ਇਹੋ ਕਰਨ ਵਾਲੇ ਹਾਸੇ ਕਿ ਮਸਤਕਬਲ ਦੇ ਵਿੱਚ ਅਗਰ ਤੁਹਾਨੂੰ ਪਰਵਰਦੀਗਾਰ ਮੌਕਾ ਦੇਂਦੇ ਤਾਂ ਕਿਹੜੇ ਕਿਹੜੇ ਕੰਮ ਮੈਂ ਜਿਹੜੇ ਤੁਸੀਂ ਤਰਜੀਹ ਹੀ ਬੁਨਿਆਦ ਦੇ ਉਤੇ ਕਰਨਾ ਚਾਹੋ ਕਿ ਇਹਨੇ ਨੂੰ ਫਿਲ ਫੌਰ ਤੇ ਮੌਕਾ ਮਿਲਣ ਦੇ ਬਾਅਦ ਫਿਲ ਫੌਰ ਇਹਨੇ ਨੂੰ ਕਰਨਾ ਚਾਹੀਦਾ ਤਾਂ ਕਿ ਆਵਾਮ ਦੀ ਜਿਹੜੀ ਮੁਸ਼ਕਲਾਂ ਹਨ ਉਹਨਾਂ ਦੇ ਵਿੱਚ ਮਤਲਬ ਇਜ਼ਾਫਾ ਨਾ ਥੀ ਉਹ ਹਾਲ ਥੀ ਮੈਂ ਮੇਰੇ ਖਿਆਲ ਵਿੱਚ ਬਹੁਤ ਸਾਰੇ ਪ੍ਰੋਜੈਕਟਸ ਹਨ ਜਿਹੜੇ ਮੈਂ ਦੱਸੇ ਨੇ ਸਾਰੇ ਹੀ ਸਾਰੇ ਬੁਨਿਆਦੀ ਜ਼ਰੂਰੀਅਤ ਹਨ ਇਹਨੇ ਸਾਰੇ ਨੂੰ ਥੀ ਹੋਣਾ ਚਾਹੀਦਾ ਪਲੱਸ ਇਹ ਤਾਂ ਦੋ ਸੜਕਾਂ ਆ ਨੇ ਕੋਕਾਤਨ ਰੋਡ ਆ ਕਿਹਾ ਹੁੰਦੇ ਇਹ ਵੀ ਸੜਕ ਇਹਨਾਂ ਦੋਹਾਂ ਸੜਕਾਂ ਦੀ ਅਪਗ੍ਰੇਡیشن ਹੈ ਬਿਲਕੁਲ ਇਹਨਾਂ ਨੂੰ થਣਾ ਚਾਹੀਦਾ ਹੈ ਅਪਗ੍ਰੇਡ થਣਾ ਚਾਹੀਦਾ ਹੈ ਤੇ ਆ ਕਈ ਵੀ ਰੋਡ ਦੇ ਡਬਲ થਣ ਵਾਸਤੇ ਜਿਹੜਾ ਗਵਰਨਮੈਂਟ ਦਾ ਕ੍ਰਾਈਟੇਰੀਆ ਹੈ ਉਹ 24000 ਵਹੀਕਲਸ ਪਰ ਡੇ ਬਿਲਕੁਲ ਕਈ ਵੀ ਰੋਡ ਤੇ ਕਰ ਰਹੇ ਹਿੰ ਤੋ ਜਨਾਓ ਨੂੰ ਅਪਗ੍ਰੇਡیشن ਵਾਸਤੇ ਉਹ ਐਲੀਜੀਬਲ ਹੁੰਦੀ ਹੈ ਬਿਲਕੁਲ ਤੇ ਮੇਰੇ ਖਿਆਲ ਨਾਲ ਜਿਹੜੀ ਸਾਰੀ ਦੋਹਾਂ ਸੜਕਾਂ ਆ ਇਹ 24000 vehicls ਤੋਂ زیادہ ਆਂਦੇ ਨੇ ਤੇ ਦੋਹੇ ਨੇ ਉਤੇ ਬਿਲਕੁਲ ਪਰ ਡੇ ਦੇ ਸਾਹਮਣੇ ਮੇਰੇ ਖਿਆਲ ਸਾਰੇ ਜਿਹੜੇ ਕਾਤਲ ਰੋਡ ਉੱਥੇ ਤਾਂ ਮੇਰੇ ਖਿਆਲ 40000 ਪਲੱਸ vehicls ਆਂ ਆ ਡੇ ਤੇ ਮੇਰੇ ਖਿਆਲ ਵਿੱਚ ਬਿਲਕੁਲ ਕੁਆਲੀਫਾਈ ਕਰੰਦੀ ਹੈ ਫਾਰ ਅਪਗ੍ਰੇਡੇਸ਼ਨ ਅਪਗ੍ਰੇਡੇਸ਼ਨ ਮੁਲਕ ਬਿਲਕੁਲ ਬਿਲਕੁਲ ਸਰ ਇੱਕ ਵੀ ਸਵਾਲ ਮੇਰੇ ਜ਼ਿਹਨ ਦੇ ਵਿੱਚ ਆਂਦਾ ਖੜੇ ਉਹ ਇਹ ਕਿ ਸਰ ਖੇਡ ਦੇ حوالے ਨਾਲ ਕਿਉਂਕਿ ਆਪ ਬਜ਼ਾਤੇ ਖੁਦ ਕਹੀਂ ਖੇਡ ਦਾ ਸ਼ੌਕ ਰਖੇਂਦੇ ਵੇ ਜਾਂ ਅਗਰ ਰਖੇਂਦੇ ਵੇ ਤਾਂ ਅਗਰ ਅੱਲਾਹ ਪਾਕ ਤੁਹਾਨੂੰ ਆਂਦਾ ਹਕੂਮਤ ਦੇ ਵਿੱਚ ਮੌਕਾ ਦੇਂਦੇ ਤੁਸਾਂ ਜੀਤਵੇਂਦੇ ਵੇ ਆਪਣੀ ਨਿਸ਼ਸਤਾ ਖੇਡ ਦੇ ਵਾਸਤੇ ਆਪਰੇ ਕਿਉਂਕਿ ਨੌਜਵਾਨ ਸਾਡੇ ਮਸਤਕਬਲ ਦੇ ਮਹਿਮਾਰ ਹੁੰਨ ਤਾਂ ਖੇਡ ਦੇ ਵਾਸਤੇ ਵੀ ਕੁਝ ਕਰਨ ਦਾ ਤੁਹਾਡਾ ਇਰਾਦਾ ਹੈ ਸਰ ਜਾਂ ਤੁਸਾਂ ਪਹਿਲੇ ਇਹ ਦੱਸੇ ਸੋਚਾ ਕਿ ਤੁਸਾਂ ਬਜ਼ਾਤੇ ਖੁਦ ਕਿਹੜੀ ਖੇਡ ਨੂੰ ਪਸੰਦ ਕਰਦੇ ਵੇ

ਇੱਕ ਐਕਸਟਰਾ ਕਲਿਕ ਕਰਨ ਐਕਟੀਵਿਟੀ ਦਿਹਾਵਲੇ ਨਾਲ ਮੇਰੇ ਖਿਆਲ ਚ ਇੱਕ ਸਪੋਰਟਸ ਕੰਪਲੈਕਸ ਜਿੱਤੋਈ ਦਾ ਤੇ ਸਾਰੇ ਇਹਨੇ ਜਿਹੜੇ ਇਲਾਕੇ ਉਹਨਾਂ ਦਾ ਬੜਾ ਹੱਕੇ ਪਲੱਸ ਗਰਾਊਂਡਸ ਹੋਣ ਸੀ ਜੀ ਜਿਹਦੇ ਵਿੱਚ ਜਿਹੜੀ ਯੰਗ ਜਨਰੇਸ਼ਨ ਹੈ ਉਹਨਾਂ ਨੂੰ ਕੋਈ ਫਿਜ਼ੀਕਲ ਐਕਸਰਸਾਈਜ਼ ਸੀ ਉਹਨਾਂ ਦੀ ਗੇਮਸ ਹੋਣ ਬਿਲਕੁਲ ਉਹਨਾਂ ਨੂੰ ਮੌਕਾ ਮਿਲੇ ਇਸ ਤੇ ਮੈਂ ਸਮਝਦਾ ਕਿ ਇਹਦੇ ਵਿੱਚ ਸਭ ਤੋਂ ਬਲੈਕ ਕਰਨ ਦਾ ਪ੍ਰੈਸੈਂਸ ਸਪੈਸਿਸ ਸਾਰੇ ਜਿਹੜੇ ਸਪੋਰਟਸ ਦਾ ਏਡਾਰਾ ਹੈ ਜਿਵੇਂ ਕੰਮ ਕਰਨਾ ਚਾਹੀਦਾ ਉਹ ਨਹੀਂ ਕਰਦਾ ਪਿਆ ਸਹੀ ਤੇ ਗਵਰਨਮੈਂਟ ਮੈਂ ਸਮਝਦਾ ਇੱਥੇ ਜਿੰਨਾ ਬਹੁਤ ਲੈਕ ਕਰ ਗਈ ਕਿ ਆਦਰਵਾਇਸ ਹੀ ਗਵਰਨਮੈਂਟ ਨੂੰ ਬਹੁਤ ਜ਼ਿਆਦਾ ਰਕਮ ਕਰਨਾ ਚਾਹੀਦਾ ਲੇਕਿਨ ਇਹ ਕਿ ਜਿੰਨਾ ਜਿਹੜਾ ਸਪੋਰਟਸ ਦਾ ਏਡਾਰਾ ਹੈ ਪੂਰਾ ਸਟਰਕਚਰ ਹੈ ਉਹ ਕੋ ਸਹੀ ਤਰੀਕੇ ਨਾਲ ਫਾਲਥ ਹੋਣਾ ਚਾਹੀਦਾ ਤੇ ਉਹ ਜਨਾ ਪ੍ਰੋਪਰ ਤਰੀਕੇ ਨਾਲ ਹਰ ਜ਼ਿਲ੍ਹੇ ਦੇ ਵਿੱਚ ਹਰ ਤਹਿਸੀਲ ਲੈਵਲ ਦੇ ਉੱਤੇ ਹਰ ਟਾਊਨ ਲੈਵਲ ਦੇ ਉੱਤੇ ਉਹ ਕੋ ਸਹੀ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਤੇ ਉਹਦੇ ਨਾਲ ਇੱਕ ਜਵਾਨ نسل ਨੂੰ ਇੱਕ ਵੇਰਾ ਰਵੀ ਦਾ ਜਿਹੜਾ ਸ਼ਿਕਾਰ ਜਾਂ ਨਸ਼ੇ ਦਾ ਸ਼ਿਕਾਰ ਤੇ ਨਹੀਂ ਪੀਏ ਉਹ ਇੱਕ ਇੱਕ ਪੋਜ਼ਿਟਿਵ ਇੱਕ ਲਾਈਨ ਮਿਲਣੀ ਚਾਹੀਦੀ ਹੈ ਇੱਕ ਦੂਜੇ ਦੇ ਵਿੱਚ ਗੇਮਸ ਖੇਡਣ ਦੇ ਹਵਾਲੇ ਨਾਲ ਉਹਦੇ ਉਹਦੇ ਤਮਾਮ ਖੇਡ ਹੋਣੇ ਚਾਹੀਦੇ ਬਿਲਕੁਲ ਬਿਲਕੁਲ ਠੀਕ ਹੈ ਸਰ ਬਿਲਕੁਲ ਆਪ ਸਹੀ ਫਰਮਾਇਆ ਵੇ ਕਿਉਂਕਿ ਜਿਹੜੇ ਵੇਲੇ ਸਾਡੇ ਖੇਡਾਂ ਦੇ ਮੈਦਾਨ ਆਬਾਦ ਥੀਂਦੇ ਨੇ ਤਾਂ ਹਸਪਤਾਲ ਵਿਰਾਨ ਥੀ ਵੇਨਨ ਅਸਾਂ ਢੇਰ ਸਾਰਾ ਲੈ ਸਰ ਆਪ ਦੇ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿ ਆਪੜੇ ਆਪ ਕੀਮਤੀ ਵਕਤ ਦੇ ਵਿੱਚੋਂ ਸਾਕੂ ਚੰਦ ਲਮਹਾਤ ਫਰਾਮ ਕੀਤੇ ਤਾਂ ਇਨਸ਼ਾ ਅੱਲਾਹੁ ਤਾਲਾ ਦੁਬਾਰਾ ਵੀ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਥੀਂਦੇ ਰਹੇ ਵੇ ਸੋ ਦੁਬਾਰਾ ਵੀ ਅਗਰ ਇਨਸ਼ਾ ਅੱਲਾਹੁ ਤਾਲਾ ਜਿਹੜੇ ਵੇਲੇ ਇਲੈਕਸ਼ਨ ਕਰੀਬ ਆਸਨ ਤਾਂ ਸੋਹਣੇਪੀਰਾਉ ਸਾਡੇ ਪ੍ਰੋਗਰਾਮ ਦਾ ਵਕਤ ਜਿਹੜਾ ਹੈ ਉਹ ਖਤਮ ਥੀ ਚੁਕੇ ਇਨਸ਼ਾ ਅੱਲਾਹ ਤਾਲਾ ਮਿਲਸੂ ਵਲਤਵਾਕੂ ਨਵੇਂ ਪ੍ਰੋਗਰਾਮ ਤੇ ਨਵੇਂ ਮਹਿਮਾਨ ਦੇ ਨਾਲ ਆਪੜਾ ਤੇ ਆਪੜੇ ਇਰਤ ਗਿਰਦ ਰਹਿਣ ਦਾ ਖਿਆਲ ਰੱਖੇ ਸੋ ਅੱਲਾ ਸੋਹਣੇ ਦੀ ਅਮਾਨ ਅਸਲਾਮੁਅਲੈਕੁਮ ਵ ਰਹਿਮਤੁਲਲਾਹ ਵ ਬਰਕਤ